ਜੇਕਰ ਤੁਸੀਂ ਚੱਕ ਦੇ ਇੰਡੀਆ ਫਿਲਮ ਵੇਖੀ ਹੋਵੇ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਟੀਮ ਦੇ ਕੋਚ ਸ਼ਾਹਰੂਖ ਖਾਨ ਨੇ ਫਾਈਨਲ ਮੈਚ ਵਿੱਚ ਖੇਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਟੀਮ ਦੇ ਖਿਡਾਰੀਆਂ ਨੂੰ ਹਦਾਇਤ ਦਿੰਦਿਆਂ ਆਖਿਆ ਸੀ ਪਹਿਲਾਂ ਹਰ ਕੋਈ ਆਪਣੇ ਦੇਸ਼ ਲਈ ਖੇਡੇਗਾ ਉਸ ਤੋਂ ਬਾਅਦ ਟੀਮ ਦੇ ਲਈ ਉਸ ਤੋਂ ਬਾਅਦ ਵੀ ਜੇਕਰ ਤੁਹਾਡੇ ਚ ਦਮ ਖੰਮ ਬਚੇ ਤਾਂ ਤੁਸੀਂ ਆਪਣੇ ਲਈ ਖੇਡ ਸਕਦੇ ਹੋ ਕਦੇ-ਕਦੇ ਜਿਹਾ ਹੁੰਦਾ ਜਦ ਕਿ ਵਿਅਕਤੀਗਤ ਸਫਲਤਾ ਤੇ ਸਮੂਹਕ ਸਫਲਤਾ ਦਰਮਿਆਨ ਸਿੱਧਿਆਂ-ਸਿੱਧਿਆਂ ਟਕਰਾਅ ਦੀ ਸਥਿਤੀ ਬਣਦੀ ਹੈ ਇੱਕ ਦੀ ਹਾਰ ਦੂਜੇ ਦੀ ਜਿੱਤ ਇੱਕ ਦੀ ਜਿੱਤ ਦੂਜੇ ਦੀ ਹਾਰ ਬਣਨ ਵਾਲੀ ਹੁੰਦੀ ਹੈ ਇੱਥੇ ਸਫਲਤਾ ਦੀ ਖੂਬਸੂਰਤੀ ਸਹੀ ਮਾਣਿਆਂ 'ਚ ਵਿਅਕਤੀ ਦੀ ਅਸਫਲਤਾ ਵਿੱਚ ਹੀ ਨਿਖਰਦੀ ਹੈ ਜਦੋਂ ਕੋਈ ਵਿਅਕਤੀ ਆਪਣੀ ਜਿੱਤ ਨੂੰ ਸਮੂਹਕ ਜਿੱਤ ਲਈ ਕੁਰਬਾਨ ਕਰ ਦਿੰਦਾ ਹੈ ਸਹੀ ਅਰਥਾਂ 'ਚ ਉਹਦੀ ਇਹ ਹਾਰ ਉਹਦੀ ਸਭ ਤੋਂ ਵੱਡੀ ਜਿੱਤ ਬਣ ਜਾਂਦੀ ਹੈ ਧੰਨਵਾਦ